ृष्टर तम हरन दहन अगपा प्रनासन सबद सूर बलवंत काम अर क्रोध विनाशन जाचक कराचक पालन आत्मरत संग्रहण कहन अमृत ढालन ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲੈਣਾ ਕਰੇ ਵਿਸਾਖ ਸੁਦੀ ਇਕ ਸੰਮਤ 1561 ਬਿਕਮਰੀ ਮੱਥੇ ਦੀ ਸਰਾਂ ਜ਼ిల్లా ਫਿਰੋਜ਼ਪੁਰ ਪੰਜਾਬ ਦੇ ਅੰਦਰ ਇੱਕ ਐਸੀ ਆਤਮਾ ਦਾ ਜਨਮ ਹੋਇਆ ਜਿਸਨੇ ਬਾਅਦ ਵਿੱਚ ਦੂਸਰਾ ਗੁਰਨਾਮਕ ਕਹਿਲਾਇਆ ਗੁਰੂ ਨਾਨਕ ਦੇ ਅੰਗ ਲੱਗ ਕੇ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ ਪਿਤਾ ਸੁਭਾਵਕ ਧਾਰਮਿਕ ਖਿਆਲਾਂ ਦੇ ਸਨ ਔਰ ਦੇਵੀ ਦੇਵਤਾਵਾਂ ਦੇ ਉਪਾਸ਼ਕ ਸਨ ਪਿਤਾ ਦੀ ਹੀ ਰੰਗਤ ਚੜ੍ਹਨੀ ਸੁਭਾਵਕ ਸੀ ਜੈਸੇ ਕਿ ਆਮ ਕਹਾਵਤ ਹੈ ਕਿ ਬਹੁਤ ਕੁਝ ਪੁੱਤਰ ਪਿਤਾ ਤੋਂ ਲੈਂਦਾ ਹੈ ਵਿਰਾਸਤ ਮਿਲੀ ਇਹ ਧਾਰਮਿਕ ਪਰੰਪਰਾ ਉਸ ਦੇ ਮੁਤਾਬਕ ਆਪ ਵੀ ਗਾਹੇ ਬਗਾਹੇ ਸੰਗੀ ਸਾਥੀਆਂ ਦੇ ਨਾਲ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਰਹੇ ਪਿਤਾ ਫੈਰੂਮਲ ਮਾਤਾ ਸੁਭਰਾਈ ਦਾਨੀ ਸੁਭਾ ਸੀਲ ਸੰਜਮੇ ਤੇ ਪਰਉਪਕਾਰੀ ਸਨ ਲੋੜਵੰਦੀ ਲੋੜ ਪੂਰੀ ਕਰਨਾ ਆਪਣਾ ਸੁਭਾਗ ਸਮਝਦੇ ਸਨ ਆਪਣੇ ਆਪ ਨੂੰ ਧਨਭਾਗੀ ਸਮਝਦੇ ਸਨ ਇਹ ਸਾਰੇ ਗੁਣ ਮਾਤਾ ਪਿਤਾ ਦੇ ਲਹਿਣਾ ਦੇ ਅੰਦਰ ਸਮਾਏ ਹੋਏ ਸਨ ਉਹਨਾਂ ਨੇ ਮਾਤਾ ਪਿਤਾ ਦੇ ਇਹਨਾਂ ਗੁਣਾਂ ਨੂੰ ਆਪਣੇ ਵਿੱਚ ਪਰੋਇਆ ਹੋਇਆ ਸੀ ਇੱਕ ਦਫਾ ਜਦ ਦੇਵੀਆਂ ਦੇ ਦਰਸ਼ਨਾਂ ਨੂੰ ਆਪਣੇ ਸੰਗੀ ਸਾਥੀਆਂ ਦੇ ਸਮੇਤ ਜਾ ਰਹੇ ਸਨ ਤਾਂ ਕੰਨਾਂ ਵਿੱਚ ਕੁਝ ਐਸੇ ਬਚਨ ਪਏ ਜਿਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਆ ਰਿਹਾ ਸੀ ਆਪ ਨੇ ਸੁਭਾਵਿਕ ਪੁੱਛਿਆ ਇਹ ਕਿਸ ਤੇ ਬਚਨ ਨੇ ਇਹਨਾਂ ਬਚਨਾਂ ਨੇ ਧੂਪ ਆਈ ਹੈ इना बचना ने खच तो उस प्रेमी ने दसिया ये बचन कलयजुग दे अवतारी पुरुष धन गुरु नानक देव जी महाराज आप कई दफा देवी दे दर्शन कराए सन और संगी साथियों भी कराए सन पर आज जिस ढंग दी एक धार्मिक खिच एक रूहानी कसप ਇਕ ਬਾਣੀ ਦਾ ਜੋ ਪ੍ਰਭਾਵ ਪਿਆ ਸਵੈਮ ਖੁਦ ਹੈਰਾਨ ਸਨ ਤਾਂ ਆਪਨੇ ਉਹਨਾਂ ਤੋਂ ਪੁੱਛਿਆ ਇਹ ਜੋਤ ਕਿੱਥੇ ਜਲ ਰਹੀ ਹੈ ਤਾਂ ਉਸ ਪ੍ਰੇਮੀ ਨੇ ਕਿਹਾ ਇਹ ਜੋਤ ਕਰਤਾਰਪੁਰ ਦੇ ਵਿੱਚ ਜਲ ਰਹੀ ਹੈ ਉੱਥੇ جگਮਗਾ ਰਹੀ ਹੈ ਤਾਂ ਆਪਨੇ ਰੁਖ ਕਰਤਾਰਪੁਰ ਦਾ ਕਰ ਲਿਆ ਪਹਿਲੀ ਦਫਾ ਜਾ ਰਹੇ ਸਨ ਪੁਰਾਣਾ ਜ਼ਮਾਨਾ ਪਗਡੰਡੀਆਂ ਦਾ ਰਸਤਾ ਘੋੜੇ ਤੇ ਅਸਵਾਰ ਸਨ ਥਾਂ-ਥਾਂ ਤੇ ਰਸਤੇ ਤੇ ਰਾਹੀਆਂ ਕੋਲ ਪੁੱਛ ਲੈਂਦੇ ਨੇ ਕਰਤਾਰਪੁਰ ਕਿਹੜੇ ਪਾਸੇ ਹੈ ਔਰ ਗੁਰੂ ਨਾਨਕ ਦਾ ਟਿਕਾਣਾ ਕਿੱਥੇ ਹੈ ਵਾਕਈ ਗੁਰੂ ਨਾਨਕ ਦਾ ਟਿਕਾਣਾ ਤੇ ਕਰਤਾਰ ਦੇ ਵਿੱਚ ਹੀ ਹੈ ਇਸ ਵਾਸਤੇ ਗੁਰੂ ਨਾਨਕ ਜਿੱਥੇ ਬੈਠਣ ਉਹ ਕਰਤਾਰਪੁਰ ਹੀ ਹੈ ਉਹ ਪ੍ਰਭੂ ਦਾ ਟਿਕਾਣਾ ਹੈ ਉਹ ਈਸ਼ਵਰ ਦਾ ਟਿਕਾਣਾ ਹੈ ਜਿਹੜਾ ਰਾਹੀ ਮਿਲਦਾ ਹੈ ਰਸਤੇ ਦੇ ਵਿੱਚ ਇਹ ਖਿੱਚ ਕੇ ਤੜਪ ਨਾਲ ਪੁੱਛ ਲੈਂਦੇ ਨੇ ਕਰਤਾਰਪੁਰ ਕਿੱਥੇ ਹੈ ਔਰ ਨਾਨਕ ਤਪੇ ਦਾ ਟਿਕਾਣਾ ਕਿੱਥੇ ਹੈ ਰਾਹੀ ਦੱਸਦੇ ਨੇ ਉਹ ਅੱਗੇ ਉਹ ਅੱਗੇ ਉਹ ਅੱਗੇ ਗਾਲਬਨ ਇਸ ਤਰ੍ਹਾਂ 4-5 ਦਫਾ ਆਪਨੇ ਰਾਹੀਆਂ ਤੋਂ ਪੁੱਛਿਆ ਕਰਤਾਰਪੁਰ ਕਿੱਥੇ ਹੈ ਤੇ ਗੁਰੂ ਨਾਨਕ ਤਪੇ ਦਾ ਘਰ ਕਿੱਥੇ ਹੈ ਹਰ ਰਾਹੀ ਨੇ ਕਹਿ ਦਿੱਤਾ ਉਹ ਅੱਗੇ ਉਹ ਅੱਗੇ ਉਹ ਅੱਗੇ ਵਾਕਈ ਈਸ਼ਵਰ ਦਾ ਘਰ ਗੁਰੂ ਦਾ ਘਰ ਪਰਮਪੁਰਖ ਦਾ ਘਰ ਅੱਗੇ ਹੀ ਹੁੰਦਾ ਹੈ ਸੁਰਤ ਨੂੰ ਅੱਗੇ ਕਰੀਏ ਪ੍ਰਭੂ ਨਾਲ ਜੁੜਦੀ ਏ ਪਰਮਾਤਮਾ ਨਾਲ ਜੁੜਦੀ ਏ ਸੁਰਤ ਨੂੰ ਪਿੱਛੇ ਕਰੀਏ ਪਦਾਰਥਾਂ ਉਲ ਚਲੀ ਜਾਂਦੀ ਏ ਸੰਸਾਰ ਉਲ ਚਲੀ ਜਾਂਦੀ ਏ ਇਸੇ ਤਰ੍ਹਾਂ ਲਗਨ ਨਾਲ ਪੁੱਛਦੇ ਪੁੱਛਦੇ ਹੁਣ ਐਸੇ ਟਿਕਾਣੇ ਤੇ ਪਹੁੰਚੇ ਕਿ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛ ਰਹੇ ਨੇ ਘਰ ਤੋਂ ਹੀ ਘਰ ਦਾ ਪਤਾ ਪੁੱਛ ਰਹੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੁਸਕਰਾਹਂ ਦੀ ਜੋਤ रस्ते मिली संजोग भला और सुभावक संयोग आप गुरु नानक तो पुछते ने धन गुरु नानक तपा कलयुग दे अवतारी पुरश दा घर किथे है तो जगत गुरु गुरु नानक देव जी महाराज कहण लगे तू नानक तपे दे जाना है हाँ मैं नानक तपे देर जाना आ मैं ले चला कगाम गुरु नानक ने पकड़ ली घोड़ी ते बैठे ने लहना जी गुरु नानक ही अपने घर तक ले जा रहे ने लगाम पकड़ के साखी है प्रेरणा देती है ਜਿਸ ਦੀ ਲਗਾਮ ਗੁਰੂ ਨਾਨਕ ਆਪ ਨਾ ਪਕੜੇ ਮੁਸ਼ਕਿਲ ਹੈ ਉਸ ਦਾ ਗੁਰੂ ਨਾਨਕ ਦੇ ਘਰ ਤੱਕ ਜਾਣਾ ਤੇ ਲਗਾਮ ਗੁਰੂ ਨਾਨਕ ਉਸੇ ਦੀ ਪਕੜੇਗਾ ਜੋ ਲਹਿਣੇ ਦੀ ਤਰ੍ਹਾਂ ਤੜਪੇ ਹਿਰਦੇ ਨਾਲ ਪੁੱਛੇ ਨਾਨਕ ਤਪੇ ਦਾ ਘਰ ਕਿੱਥੇ ਹੈ ਨਾਨਕ ਤਪਾ ਕਿੱਥੇ ਰਹਿੰਦਾ ਹੈ ਜਦ ਪਹੁੰਚੇ ਟਿਕਾਣੇ ਤੇ ਤੇ ਤਖਤ ਤੇ ਬੈਠੀ ਹੋਈ ਜੋ ਜੋਤ ਦਿਖਾਈ ਦਿੱਤੀ ਇਹ ਤੇ ਉਹੀ ਸੀ ਜਿਸ ਨੇ ਲਗਾਮਾਂ ਪਕੜੀਆਂ ਸਨ ਇਹ ਤੇ ਉਹੀ ਸੀ ਜੋ ਲੈ ਕੇ ਆਇਆ ਏਥੇ ਕਨਰ ਪੋਬਾਂ ਨਿਕਲ ਗਈਆਂ ਨੇਤਰ ਅਸ਼ਕਬਾਰ ਹੋਏ ਕਦਮਾਂ ਤੇ ਮਸਤਕ ਰੱਖਿਆ ਨਿਰਮਾਣਤਾ ਦਾ ਔਰ ਸੀਤਲ ਸੁਭਾਅ ਦਾ ਸ਼ਾਂਤਮਈ ਕਿਰਣਾ ਦਾ ਇਤਨਾ ਅਸਰ ਹੋਇਆ ਲੈਣਾ ਜੀ ਆਪਣੇ ਆਪ ਨੂੰ ਕਾਬੂ ਨਹੀਂ ਰੱਖ ਸਕੇ ਫਿਰ ਉਸ ਘਰ ਜੋਗਾ ਹੀ ਹੋ ਗਏ ਭਾਵੇਂ ਮੱਤੇ ਦੀ ਸਰਾਂ ਤੋਂ ਆਪਨੇ ਆਕੇ ਵਾਸਾ ਖੰਡੂਰ ਸਾਹਿਬ ਕੀਤਾ ਹੋਇਆ ਸੀ ਰਾਜਗਰਦੀ ਦੇ ਕਾਰਨ ਕਰਕੇ ਮੱਤੇ ਦੀ ਸਰਾਂ ਰਹਿਣਾ ਆਪ ਲਈ ਕਠਨ ਹੋ ਗਿਆ ਸੀ ਤੋ ਖੰਡੂਰ ਸਾਹਿਬ ਆਕੇ ਵਸੇ ਸਨ ਪਰ ਹੁਣ ਗੁਰਨਾਨਕ ਦੇ ਦਰਸ਼ਨ ਕਰਕੇ ਕਰਤਾਰਪੁਰ ਜੋਗਾ ਹੋ ਗਏ ਇੱਥੇ ਰਹਿਣ ਲੱਗ ਪਏ ਔਰ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਨੂੰ ਮਹਾਰਾਜ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦਿਓ ਮੈਂ ਹੁਣ ਇੱਥੇ ਹੀ ਰਹਿਣਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਾਰਮਿਕ ਪਰੰਪਰਾ ਨੂੰ ਇਸ ਰੋਹਾਨੀ ਜੋਤ ਨੂੰ ਅਗਾ ਤੋੜਨਾ ਚਾਹੁੰਦੇ ਸਨ ਆਪ ਦੇ ਕਲਪਨਾ ਵਿੱਚ ਆਪ ਦੀ ਸੋਚਣੀ ਵਿੱਚ ਜੋ ਮਨੁੱਖਤਾ ਦਾ ਚਿਹਰਾ ਸੀ ਜੋ ਮਨੁੱਖਤਾ ਦੀ ਅਵਸਥਾ ਸੀ ਉੱਥੇ ਤੱਕ ਪਹੁੰਚਾਣ ਲਈ ਅਜੇ ਕਾਫੀ ਸਮਾਂ দরকার ਸੀ ਔਰ ਕਾਫੀ ਸਹਿਯੋਗ দরকার ਸੀ ਆਪ ਆਪਣੇ ਦੂਸਰੇ ਘਰ ਦੀ ਤਲਾਸ਼ ਦੇ ਸਨ ਜਿੱਥੇ ਕਿ ਆਪਣੀ ਜੋਤ ਨੂੰ ਟਿਕਾਇਆ ਜਾ ਸਕੇ ਉਸ ਸਮੇਂ ਸਤਗੁਰ ਤਰ੍ਹਾਂ ਤਰ੍ਹਾਂ ਦੀ ਪ੍ਰੀਖਿਆ ਆਪਣੇ ਬੱਚਿਆਂ ਦੀ ਲੈ ਰਹੇ ਸਨ ਬਾਬਾ ਸ੍ਰੀ ਚੰਦ ਜੀ बाबा लक्ष्मीदास जी सन, सन, चन, एक ਦਿਨ ਦੀ ਗੱਲ ਹੈ ਆਪ ਦੇ ਹੱਥ ਵਿੱਚ ਬੜਾਈ ਖੂਬਸੂਰਤ ਲੋਟਾ ਸੀ ਨਾਲ ਸੰਗੀ ਸਾਥੀ ਸਨ ਲੈਣਾ ਜੀ ਸਨ ਤੇ ਸਹਬਜ਼ਾਦੇ ਵੀ ਸਨ ਸ੍ਰੀ ਚੰਨ ਲਖਮੀदास ਆਪਨੇ ਇਹ ਲੋਟਾ ਇੱਕ ਚਿੱਕੜ ਆਲੋਦ ਸਰੋਵਰ ਦੇ ਵਿੱਚ ਸੁੱਟ ਦਿੱਤਾ ਜਿਸ ਦੇ ਵਿੱਚ ਪਾਣੀ ਘਟ ਸੀ ਪਰ ਚਿੱਕੜ ਜ਼ਿਆਦਾ ਸੀ ਸ੍ਰੀ ਚੰਦ ਨੂੰ ਆਖਿਆ ਬੇਟਾ ਤੂੰ ਇਹ ਲੋਟਾ ਕੱਢ ਕੇ ਲਿਆ ਹੱਥ ਜੋੜ ਕੇ ਸ੍ਰੀ ਚੰਦ ਅਰਜ਼ੋਈ ਕਰਨ ਲੱਗੇ ਬਾਪੂ ਕੱਢ ਕੇ ਹੀ ਲੈਣਾ ਸੀ ਸੁਟਿਆ ਕਿਉਂ ਹੈ ਆਪਨੇ ਸਾਡੇ ਸਾਹਮਣੇ ਸੁਟਿਆ ਤੇ ਫਿਰ ਅਸੀਂ ਆਪ ਦੇ ਸਾਹਿਬਜ਼ਾਦੇ ਹਾਂ ਇਸ ਚਿੱਕੜ ਦੇ ਚ ਗਏ ਤੇ ਖੁਦ ਚਿੱਕੜ ਆਲੋਦ ਹੋ ਜਾਵਾਂਗੇ ਭਰ ਜਾਵਾਂਗੇ ਚਿੱਕੜ ਨਾਲ ਆਪ ਕਿਸੇ ਸੇਵਕ ਨੂੰ ਆਖੋ ਕਿਸੇ ਚੇਲੇ ਨੂੰ ਆਖੋ ਅਸੀਂ ਤੇ ਆਪਦੇ ਸਹਬਜ਼ਾਦੇ ਆ ਫਿਰ ਪਾਦਸ਼ਾਹ ਨੇ ਲਕਸ਼ਮੀ ਦਾਸ ਦੀ ਤਰਫ ਇਸ਼ਾਰਾ ਕੀਤਾ beta ਤੂੰ ਕਢ ਲਿਆ ਕਹਿੰਦੇ ਨੇ ਉਹਨਾਂ ਨੇ ਵੀ ਇਹ ਆਖਿਆ ਵੱਡੇ ਭਰਾਤਾ ਠੀਕ ਕਹਿੰਦੇ ਨੇ ਕਿ ਕੱਢ ਕੇ ਹੀ ਲੈਣਾ ਹੈ ਤੇ ਆਪਨੇ ਸੁਤਰਿਆ ਕਿਉਂ ਹੈ ਤੇ ਜੇ ਵਾਕਈ ਹੁਣ ਕੱਢ ਕੇ ਲੈਣਾ ਹੈ ਤਾਂ ਆਪ ਸੇਵਕ ਨੂੰ ਆਖ ਕਿੰਨੇ ਸਤਿਗੁਰੂ ਦੀਆਂ ਨਜ਼ਰਾਂ ਇਕਦਮ ਲੈਣੇ ਤੇ ਚਲੀਆਂ ਗਈਆਂ ਲੈਣਾ ਭਜੇ ਹੋਏ ਗਏ ਗੋਡੇ-ਗੋਡੇ ਚ ਕੜਸੀ ਕਪੜੇ ਸਾਰੇ ਚਿੱਕੜ ਆਲੂਧ ਹੋ ਗਏ ਬਦਨ ਸਾਰਾ ਚਿੱਕੜ ਨਾਲ ਭਰ ਗਿਆ ਆਪ ਲੋਟਾ ਕੱਢ ਕੇ ਲਿਆ ਰਹੇ ਨੇ ਜਿਵੇਂ ਉਸ ਚਿੱਕੜ ਨਾਲ ਭਰੇ ਹੋਏ ਸਰੋਵਰ ਦੇ ਚੋਂ ਬਾਹਰ ਨਿਕਲੇ ਆਪ ਚਿੱਕੜ ਨਾਲ ਲਿਬੜੇ ਹੋਏ ਸਨ ਲੋਟਾ ਹੱਥ ਦੇ ਸੀ ਲਿਬੜੇ ਹੋਏ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ ਆਖਿਆ ਲੈਣਿਆ ਤੂੰ ਚਿੱਕੜ ਦੇ ਚੋਂ ਲੋਟਾ ਨਹੀਂ ਕਢਿਆ ਸਾਰੀ ਮਨੁੱਖਤਾ ਨੂੰ ਕਢਿਆ ਕਿਉਂਕਿ ਜੋ ਚਿੱਕੜ ਲਗਣ ਤੋਂ ਡਰਦਾ ਹੈ ਉਹ ਕਿਸੇ ਨੂੰ ਚਿੱਕੜ ਦੇ ਚੋਂ ਨਹੀਂ ਕਢ ਸਕੇਗਾ ਪਰਪਕਾਰ ਕਰਨਾ ਬਹੁਤ ਕਠਿਨ ਹੈ ਕਿਸੇ ਨੂੰ ਬਲਦੀ ਹੋਈ ਅਗ ਦੇ ਚੋਂ ਉਹੀ ਕੱਢ ਸਕਦਾ ਹੈ ਜੋ ਸੇਕ ਲੱਗਣ ਤੋਂ ਡਰੇ ਨਾ ਔਰ ਗੰਦਗੀ ਦੇ ਚੋਂ ਉਹੀ ਕਿਸੇ ਨੂੰ ਕੱਢ ਸਕਦਾ ਹੈ ਜੋ ਛਿੱਟੇ ਪੈਣ ਤੋਂ ਡਰੇ ਨਾ ਇਸ ਤਰ੍ਹਾਂ ਗਾਹੇ ਬਗਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਮਤਿਹਾਨ ਲੈਂਦੇ ਰਹੇ ਤੇ ਭਾਈ ਲੈਣਾ ਇਸ ਇਮਤਿਹਾਨ ਤੇ ਹਰ ਵੇਲੇ ਹੀ ਪੂਰੇ ਉਤਰਦੇ ਰਹੇ ਇਹ ਹੁਕਮ ਮੰਨਣ ਦੀ ਮੂਰਤੀ ਸਨ ਹੁਕਮ ਮੰਨਿਏ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਇ ਸੀ ਇਸ ਸਿਧਾਂਤ ਦੇ ਮੁਤਾਬਕ ਪਾਈ ਲੈਣਾ ਜੀ ਜੀ ਰੇਸ ਇੱਕ ਹੋਰ ਪ੍ਰੀਖਿਆ ਦੀ ਘੜੀ ਆਈ ਇਤਨੀ ਵੱਡੀ ਦਾਤ ਇਤਨੀ ਵੱਡੀ ਸੌਗਾਤ ਆਪ ਨੂੰ ਇਹ ਕਿਵੇਂ ਪ੍ਰਾਪਤ ਹੋਈ ਪਿਛੋਕੜ ਬਹੁਤ ਸੁੰਦਰ ਇਤਿਹਾਸ ਹੈ जगदगुरु बाबा ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਣਕ ਰੂਪ ਧਾਰਨ ਕੀਤਾ ਡਰਾਉਣਾ ਐਸਾ ਲਿਬਾਸ ਪਹਿਨ ਲਿਆ ਪਿੱਛੇ ਕੁੱਤੇ ਲਾ ਲਏ ਹੱਥ ਦੇ ਵਿੱਚ ਬਹੁਤ ਵੱਡਾ ਸੋਟਾ ਰੱਖ ਲਿਆ ਝੋਲੇ ਦੇ ਵਿੱਚ ਪੱਥਰ ਰੱਖ ਲਏ ਮਖਲੂਕ ਜਿਹੜੀ ਪਿੱਛੇ ਚੱਲ ਰਹੀ ਸੀ ਮਹਾਰਾਜ ਨੇ ਪੱਥਰ ਮਾਰਨੇ ਸ਼ੁਰੂ ਕੀਤੇ ਅੱਧੀ ਦੁਨੀਆ ਵਾਪਸ ਹੋ ਗਈ ਬਈ ਗੁਰਨਾਨਕ ਦੇਵ ਜੀ ਭੂਤ ਨੇ ਹੋ ਗਏ ਨੇ ਬਿਤਾਲੇ ਹੋ ਗਏ ਨੇ ਇਹਨਾਂ ਨੂੰ ਕੁਝ ਹੋ ਗਿਆ ਮਹਾਰਾਜ ਪਿੱਛੇ ਮੁੜ ਕੇ ਦੇਖਦੇ ਨੇ ਅਜੇ ਵੀ ਕੁਝ ਨਾਲ ਚੱਲ ਰਹੇ ਨੇ ਤਾਂ ਆਪ ਦੇ ਹੱਥ ਜੋ ਸੋਟਾ ਸੀ ਉਹ ਬਾਣਾ ਸ਼ੁਰੂ ਕੀਤਾ ਉਹ ਮਾਰਨਾ ਸ਼ੁਰੂ ਕੀਤਾ ਅਧਿਆਂ ਦੇ ਚੋਂ ਵੀ ਫਿਰ ਅਧੇ ਚਲੇ ਗਏ ਵਾਪਸ ਬਈ ਵਾਕਈ ਕੁਝ ਹੋ ਗਿਆ ਇਨਾਂ ਦੇ ਦਿਮਾਗ ਨੂੰ ਵਾਕਈ ਕੁਝ ਹੋ ਗਿਆ ਪਰ ਹੁਣ ਵੀ ਜਦ ਸਤਿਗੁਰੂ ਦੇਖਦੇ ਨੇ ਅਜੇ ਵੀ ਥੋੜੀ ਜਿਹੀ ਸਰੀਰ ਪਿੱਛੇ ਚੱਲ ਰਹੇ ਨੇ ਆ ਰਹੇ ਨੇ ਆਪਣੇ ਝੋਲੇ ਦੇ ਚੋਂ ਮੋਹਰਾ ਗੱਡੀਆਂ ਸੋਨੇ ਦੀਆਂ ਚਾਂਦੀ ਦੀਆਂ ਉਹ ਸੁੱਟਣੀਆਂ ਸ਼ੁਰੂ ਕੀਤੀਆਂ ਭਾਈ ਲੈਣੇ ਤੋਂ ਬਿਨਾ ਸਭ ਨੇ ਚੁੱਕ ਲਈਆਂ ਔਰ ਵਾਪਸ ਹੋ ਗਏ ਪੱਥਰ ਖਾ ਕੇ ਸੋਟਾ ਖਾ ਕੇ ਜੋ ਨਾਲ ਚੱਲ ਰਹੇ ਸੰ ਸੋਨੇ ਦੀ ਮੋਰ ਨਹੀਂ ਸਾਰ ਸਕੇ ਦੇਖਣ ਦੇ ਆਇਆ ਬੁੱਖ ਕਰਕੇ ਤੇ ਕਈ ਦਫਾ ਮਨੁੱਖ ਪਰਮਾਤਮਾ ਦਾ ਨਾਮ ਲਈ ਜਾਂਦਾ ਹੁੰਦਾ ਹੈ ਕਿਸੇ ਸੰਤ ਦੇ ਪਿੱਛੇ ਚੱਲਦਾ ਹੈ ਪਰ ਜਦ ਸੁੱਖਾਂ ਦੀ ਮਾਰ ਪੈ ਜਾਏ ਐਸਾ ਆਲਸੀ ਹੋ ਜਾਂਦਾ ਹੈ ਐਸਾ ਦਿਲਿਦਰੀ ਹੋ ਜਾਂਦਾ ਹੈ ਰੁਕ ਜਾਂਦਾ ਪਰ ਸੋਨੇ ਨੂੰ ਵੀ ਲਿਤਾੜ ਕੇ ਸੁੱਖ ਨੂੰ ਵੀ ਲਿਤਾੜ ਕੇ ਲੈਣਾ ਗੁਰਨਾਨਕ ਦੇ ਪਿੱਛੇ ਚੱਲਦੇ ਰਹੇ ਚੱਲਦੇ ਰਹੇ ਅਜਗਤ ਗੁਰੂ ਬਾਬੇ ਨੇ ਪੁੱਛ ਹੀ ਲਿਆ ਲੈਣਿਆ ਸਾਰੇ ਚਲੇ ਗਏ ਤੂੰ ਨਹੀਂ ਗਿਆ ਹੱਥ ਜੋੜ ਕੇ ਲੈਣਾ ਜੀ ਕਹਿਣ ਲਗੇ ਗੁਰਦੇਵ ਪਿਤਾ ਸਭ ਦੇ ਆਪਣੇ ਆਪਣੇ ਘਰ ਸਨ ਆਪਣੇ ਘਰਾਂ ਨੂੰ ਚਲੇ ਗਏ ਮੈਂ ਤੇ ਨਿਥਾਵਾਂ ਤੁਹਾਡੇ ਕਦਮ ਹੀ ਮੇਰਾ ਘਰ ਨੇ ਤੁਹਾਡੀ ਥਾਂ ਹੀ ਮੇਰੀ ਥਾਂ ਹੈ ਹਰ ਤੇ ਮੇਰੀ ਕੋਈ ਆਪਣੀ ਥਾਂ ਨਹੀਂ ਹਰ ਤੇ ਮੇਰਾ ਕੋਈ ਆਪਣਾ ਘਰ ਨਹੀਂ ਇਹ ਵੀ ਗੁਰਨਾਣਿਕ ਦੀ ਪਾਈ ਹੋਈ ਕਸਵੱਟੀ ਸੀ ਇਸ ਤੇ ਵੀ ਲੈਣਾ ਜੀ ਪੂਰੇ ਉਤਰੇ ਮੁਕੰਮਲ ਉਤਰੇ ਭਾਈ ਲੈਣਾ ਦੀ ਮਨੋਵਿਰਤੀ ऐसी दिन दिन रंग चढ़ता गया बदला गया गुरु नानक अंग छूद छूद वाकई गुरु नानक अंग्रदर्शित होट होने लग पे अज करतारपुर बड़ी संगत आई बहुत संगत आई सतगुरु के दर्शन लातशाह अमृतमई बचन सुनन ल ਭਰੀ ਸੰਗਤ ਦੇਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਚੰਦ ਨੂੰ ਆਵਾਜ਼ ਮਾਰੀ ਤੇ ਆਖਿਆ ਬੈਠਿਆ ਸੰਗਤ ਬਹੁਤ ਆਈ ਹਾਮਾ ਸੰਗਤ ਤੇ ਬਹੁਤ ਆਈ ਗੁਰਦੇਵ ਪਿਤਾ ਦੂਰ ਦੂਰ ਤੋਂ ਆਈਏ ਤੋ ਸੜੀ ਇੱਛਾ ਹੈ ਸਭ ਨੂੰ ਮਿਠਾਈ ਛਕਾਈਏ ਲੰਗਰ ਦੇਚ ਬਹੁਤ ਸਾਰਾ ਤਰ੍ਹਾਂ ਤਰ੍ਹਾਂ ਦਾ ਮਿਸ਼ਟਾਨ ਬਣਵਾਈਏ ਉਸ ਵਕਤ ਸ੍ਰੀ ਚੰਦ ਨੇ ਕਿਹਾ ਮਹਾਰਾਜ ਅਚਨ ਚੇਤ ਤੇ ਇੰਤਜ਼ਾਮ ਕਰਨਾ ਔਖ ਹੈ। ਅੱਛਾ ਇੰਜ ਕਰੋ ਫਿਰ ਜੇ ਅਚਾਨਕ ਇੰਤਜ਼ਾਮ ਕਰਨਾ ਔਖ ਹੈ ਤਾਂ ਇਸ ਸਾਹਮਣੇ ਜੋ ਜੰਡ ਦਾ ਦਰਖਤ ਹੈ ਇਸ ਤੇ ਚੜ ਜਾਓ। ਇਹਨੂੰ ਝੂਣੋ ਇਹਨੂੰ ਹਿਲਾਓ। ਮਿਠਾਈ ਟਪਕੇਗੀ ਥੱਲੇ ਚਾਦਰਾਂ ਵਿਛਾਓ। ਲੰਗਰ ਦੇ ਚ ਵੰਡਾਂਗੇ, ਸੰਗਤ ਦੀ ਝੋਲੀ ਚ ਪਾਵਾਂਗੇ। ਸ੍ਰੀ ਚੰਨ ਹੱਥ ਜੋੜ ਕੇ ਕਹਿਣ ਲੱਗੇ ਗੁਰਦੇਵ ਪਿਤਾ ਜੰਡ ਤੇ ਐਸਾ ਦਰਖਤ ਹੈ ਜਿਹਨੂੰ ਕੋਈ ਢੰਗ ਦਾ ਫਲ ਵੀ ਨਹੀਂ ਲੱਗਦਾ ਆਪ ਮਿਠਾਈ ਦੀ ਗੱਲ ਕਰਦੇ ਆ ਆਪ ਦੀ ਉਮਰ ਵਡੇਰੀ ਹੋ ਗਈ ਅਨਹੋਣੀਆਂ ਗੱਲਾਂ ਕਰਨ ਲੱਗ ਪਏ ਕਹਿੰਦੇ ਨੇ ਹੂ ਬਹੁ ਲਖਮੀ ਦਾਸ ਨੇ ਵੀ ਇਨਕਾਰ ਕੀਤਾ ਔਰ ਉਹੀ ਲਵਜ਼ ਦੋਰਾਏ ਗੁਰਦੇਵ ਪਿਤਾ ਵੱਡੇ ਭਰਾਤਾ ਠੀਕ ਕਹਿੰਦੇ ਨੇ ਜੰਡ ਦੇ ਦਰਖਤ ਤੋਂ ਮਠਾਈਆਂ ਨਹੀਂ ਟਪਕਦੀਆਂ ਤਾਂ ਸਭ ਤੋਂ ਸੰਗਤ ਦੇ ਚ ਅਖੀਰ ਬੈਠੇ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਆਵਾਜ਼ ਮਾਰੀ ਗੁਰੂ ਨਾਨਕ ਦੀ ਸੰਗਤ ਕਰਦੇ ਆ ਲੈਣਾ ਉਹ ਮੂਰਤੀ ਬਣ ਗਏ ਹੁਕਮ ਮੰਨਣਾ ਜਿਨਾ ਦਾ ਸੁਭਾਅ ਹੋ ਗਿਆ ਸੀ ਹੁਕਮ ਮੰਨਣਾ ਜਿਨਾਦੀ ਅਵਸਥਾ ਬਣ ਗਈ ਹੁਕਮ ਨੂੰ ਮੰਨਣਾ ਜਿਨਾਂ ਲਈ ਆਨੰਦ ਸੀ ਰਸ ਸੀ ਖੇੜਾ ਸੀ ਖੁਸ਼ੀ ਸੀ ਖੁਸ਼ੀ ਮਹਿਸੂਸ ਕਰਦੇ ਜਦ ਗੁਰਨਾਨਕ ਕਿਸੇ ਕਾਰਜ ਲਈ ਆਪ ਨੂੰ ਕਹਿੰਦੇ ਭੱਜੇ ਹੋਇਆ ਹੈ ਹੱਥ ਜੋੜ ਕੇ ਖੜੇ ਹੋ ਗਏ ਹੁਕਮ ਤਾਂ ਪਾਦਸ਼ਾਹ ਕਹਿਣ ਲਗੇ ਤੂੰ ਚੜ ਇਸ ਝੰਡ ਦੇ ਦਰਖਤ ਤੇ ਇਸ ਨੂੰ ਹਿਲਾ ਮਠਾਈਆਂ ਟਪਕਣ ਗਿਆ ਆਪਾ ਸੰਗਤ ਦੇਚ ਮੰਡੜੀਆਂ ਨੇ ਇਕਦਮ ਬਾਹੀ ਲੈਣਾ ਜੀ ਦਰਖਤ ਤੇ ਚੜਨ ਲੱਗੇ ਨੇ ਸ੍ਰੀ ਚੰਦ ਨੇ ਆਵਾਜ਼ ਮਾਰ ਕੇ ਆਖਿਆ ਲੈਣਾ ਜੀ ਦਰਖਤਾਂ ਤੋਂ ਕਦੀ ਮਿਠਾਈ ਨਹੀਂ ਟਪਕੇ ਆਪ ਅਨਹੋਣੀ ਗੱਲ ਨਾ ਕਰੋ ਔਰ ਅਨਹੋਣੀ ਹੋਣੀ ਵੀ ਨਹੀਂ ਲੋਕੀ ਕੀ ਆਖਣਗੇ ਤਉ ਉਸ ਵਕਤ ਭਾਈ ਲੈਣਾ ਬਾਬਾ ਸ੍ਰੀ ਚੰਦ ਨੂੰ ਕਹਿਣ ਲੱਗੇ ਮਿਠਾਈ ਟਪਕੇ ਪਾਵੇਂ ਨਾ ਟਪਕੇ ਇਸ ਨਾਲ ਮੇਰਾ ਕੋਈ ਮਤਲਬ ਨਹੀਂ ਮੈਂ ਤੇ ਗੁਰਦੇਵ ਪਿਤਾ ਦਾ ਹੁਕਮ ਮੰਨਣਾ ਹੈ ਹੁਕਮ ਮੰਨਣਾ ਏਹੀ ਮੇਰੀ ਖੁਸ਼ੀ ਹੈ ਹੁਕਮ ਮੰਨਣਾ ਏਹੀ ਮੇਰੀ ਲਈ ਆਨੰਦ ਹੈ ਔਰ ਹੁਕਮ ਮੰਨ ਲੈਣਾ ਏਹੀ ਸਭ ਤੋਂ ਵੱਡੀ ਬਖਸ਼ਿਸ਼ ਹੈ ਏਹੀ ਸਭ ਤੋਂ ਵੱਡੀ ਕਿਰਪਾ ਹੈ ਹੁਕਮ ਮੰਨਣ ਦੀ ਮੂਰਤੀ ਹੁਕਮ ਮੰਨਣ ਦਾ ਸਰੂਪ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਜ ਆਪਣੀ ਅਵਸਥਾ ਉਸ ਟਿਕਾਣੇ ਤੇ ਲੈ ਗਏ ਕਿ ਗੁਰੂ ਨਾਨਕ ਨੇ ਸਿੰਘਾਸਣ ਤੇ ਬਿਠਾ ਦਿੱਤਾ ਜਗਤ ਦੇਖਤੀ ਡੰਗ ਰਹਿ ਗਈ ਕਿ ਲੈਣੇ ਦੀ ਫੇਰਾਈਨ ਨਾਨਕਾ ਦੋਹੀ ਖੱਟੀਆਂ ਕਲ ਤੱਕ ਲਹਿਣਾ ਗੁਰੂ ਨਾਨਕ ਦੀ ਪਰਕਰਮਾ ਕਰਦਾ ਸੀ ਅੱਜ ਗੁਰੂ ਨਾਨਕ ਲਹਿਣੇ ਦੀ ਪਰਕਰਮਾ ਕਰ ਰਹੇ ਨੇ ਕਲ ਤੱਕ ਲਹਿਣਾ ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖਦਾ ਸੀ ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲਹਿਣੇ ਦੇ ਕਦਮਾਂ ਤੇ ਰੱਖ ਦਿੱਤਾ ਦੁਨੀਆ ਦੇਖ ਕੇ 당ਗ ਰਹਿ ਗਈ ਦੂਜਾ ਦੀਵਾ ਜਲ ਪਿਆ ਜੋਤ ਤੋਂ ਜੋਤ ਜਲੀ ਚਾਨਣਾ ਵੰਡਣ ਲਈ ਰੋਸ਼ਨੀ ਵੰਡਣ ਲਈ ਆਪ ਦੀ ਦ੍ਰਿਸ਼ਟੀ ਅਮਰਤਮਈ ਜੈਸ਼ੇ ਕੇ ਭਟ ਭਟ ਕਹਿੰਦੇ ਨੇ ਦ੍ਰਿਸ਼ਟ धरਤਮ ਹਰਨ ਦਹਿਨ ਅਗ ਪਾਪ ਪ੍ਰਨਾਸ਼ਨ ਮੇਰ ਭਰੀ ਦ੍ਰਿਸ਼ ਦੇ ਨਾਲ ਆਪ ਜਿਸ ਨੂੰ ਵੇਖ ਲੈਣ ਉਹਦੇ ਅੰਤਿਸ਼ਕਰਣ ਤੋਂ ਪਾਪ ਨਿਕਲ ਜਾਂਦੇ ਸੰ ਇਸ ਤਰ੍ਹਾਂ ਦੀ ਬਰਕਤਾਂ ਦੇ ਆਪ ਮਾਲਕ ਬਣੇ ਆਪ ਕਰਤਾਰਪੁਰ ਤੋਂ ਖੰਡੂਰ ਸਾਹਿਬ ਦੇ ਚ ਆ ਗਏ ਕਨੌਜ ਦੇ ਮੈਦਾਨ ਤੋਂ ਸ਼ੇਰ ਸ਼ਾ ਸੂਰੀ ਤੋਂ ਹਾਰ ਖਾ ਕੇ ਹਮਾਇਉ ਅਸਫਾਨ ਦੀ ਤਰਫ ਭਜ ਰਿਆ ਸੀ ਜਾ ਰਿਹਾ ਸੀ ਰਸਤੇ 'ਚ ਕੋਈ ਫਕੀਰ ਮਿਲੇ ਪੀਰ ਮਿਲੇ ਉਹਦੀ ਦੁਆ ਲੈ ਲੈਂਦਾ ਸੀ ਉਹਦੇ ਕੋਲ ਆਸ਼ੀਰਵਾਦ ਲੈਣ ਦੀ ਕੋਸ਼ਿਸ਼ ਕਰਦਾ ਸੀ ਕਿ ਮੈਂ ਇਹ ਹਾਰੀ ਹੋਈ ਬਾਜ਼ੀ ਫਿਰ ਜਿੱਤ ਜਾਵਾਂ ਕਿਸੇ ਤਰੀਕੇ ਨਾਲ ਇਹ ਤਖਤ ਜੋ ਮੇਰੇ ਕੁਲ ਸ਼ੇਰ ਸ਼ਾ ਸੂਰੀ ਨੇ ਖੋਲੇ ਹੈ ਫਿਰ ਪ੍ਰਾਪਤ ਹੋਵੇ ਤਾਂ ਰਸਤੇ ਵਿੱਚ ਕਿਸੇ ਨੇ ਕਹਿ ਦਿੱਤਾ ਗੁਰਨਾਣਿਕ ਦੀ ਗੱਦੀ ਤੇ ਬਿਰਾਜਮਾਨ ਨੇ ધਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਸੀਂ ਉਹਨਾਂ ਤੋਂ ਅਸੀਸ ਲਓ ਉਹਨਾਂ ਤੋਂ ਆਸ਼ੀਰਵਾਦ ਲਓ ਆਪ व्यास ਨੂੰ ਪਾਰ ਕਰਕੇ ਜਦ ਪਹੁੰਚੇ ਖੰਡੂਰ ਸਾਹਿਬ ਜਗਮਗਾਂਦੀ ਜੋਤ ਦੇ ਦਰਸ਼ਨ ਕੀਤੇ ਪਰ ਸਤਗੁਰ ਸਮਾਧੀ ਦੇਚ ਸਨ ਉੱcha ਉੱਠ ਕੇ ਤੱਕ ਕੇ ਹਮਾਇਉਂ ਦੀ ਤਰਫ ਨਹੀਂ ਦੇਖਿਆ ਹਮਾਇਉਂ ਨੂੰ ਹੈਰਾਨਗੀ ਹੋਈ ਕਿਉਂਕਿ ਪੀਰ ਫਕੀਰ ਸਨਮਾਨ ਕਰਦੇ ਰਹੇ ਸਨ ਆਦਰ ਕਰਦੇ ਰਹੇ ਸਨ ਬਾਦਸ਼ਾਹ ਰਹਿ ਚੁਕੇ ਅਸੀ तो बादशाह अपना अहंकार मयान चो तलवार उसने गुस्से कुस्से सतगुरु नेत्र खुले लगे जिथे तलवार चलनी चाहिए सी, तो उदान म्यान रख के भज पे हैं और जिथे मयान द रखनी चाहिए है उथे तो बार कड़ रहे हैं बड़ा कायर है बड़ा ना समझ है ਸ਼ਰਮਸਾਰ ਹੋਇਆ ਹਮਾਈਓ ਕਦਮਾਂ ਤੇ ਝੁਕਿਆ ਆਖਿਆ ਗੁਰਦੇਵ ਪਿਤਾ ਮਾਫੀ ਭੁੱਲ ਹੋ ਗਈ ਗਲਤੀ ਹੋ ਗਈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਨੂੰ ਉਪਦੇਸ਼ ਦਿੱਤਾ ਹਮਾਈਓ ਫਕੀਰਾਂ ਤੇ ਤਲਵਾਰ ਨਹੀਂ ਚਲਾਈ ਦੀ ਫਕੀਰਾਂ ਦੀ ਤਲਵਾਰ ਕੋਲੋਂ ਆਪਣਾ ਨਾਸ ਕਰਾਈਦਾ ਹੈ ਬਚਨ ਬੜੇ ਅਗੰਮੀ ਫਕੀਰ ਦੀ ਜਦ ਤਲਵਾਰ ਚਲਦੀ ਹੈ ਦੂਜੇ ਦੇ ਹੰਕਾਰ ਨੂੰ ਕੱਟ ਕੇ ਰੱਖ ਦਿੰਦੀ ਹੈ ਤੇ ਦੂਜੇ ਨੂੰ ਐਨ ਨਿਰਮਾਣਤਾ ਦੀ ਮੂਰਤੀ ਬਣਾ ਦਿੰਦੀ ਹੈ ਵਾਕਈ ਹੱਥ ਜੁੜ ਗਏ ਸਨ ਹਮਾਈਓਂ ਦੇ ਔਰ ਮਾਫੀ ਮੰਗਣ ਲੱਗ ਪਿਆ ਸੀ ਭੁੱਲ ਮੰਗਣ ਲੱਗ ਪਿਆ ਸੀ ਪਾਪਾ ਮੇਰੇ ਕੋਲ ਭੁੱਲ ਹੋ ਗਈ ਗਲਤੀ ਹੋ ਗਈ ਹਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਲਿਪੀ ਦੇ ਪ੍ਰਸਾਰ ਲਈ ਗੁਰਬਾਣੀ ਜਗਤ ਪੜ ਸਕੇ ਪੜਾ ਸਕੇ ਸਮਝ ਸਕੇ ਸਮਝਾ ਸਕੇ ਇਨਾ ਅੱਖਰਾਂ ਦੇ ਪੜਨ ਪੜਾਣ ਦੀ ਤਰਫ ਵੀ ਕਾਫੀ ਰੁਚੀ ਦਿੱਤੀ ਆਪਨੇ ਸਵੈਮ ਬੱਚਿਆਂ ਨੂੰ ਪੜਾਣਾ ਆਰੰਭ ਕੀਤਾ ਤਾਂ ਕਿ ਇਹ ਪਰੰਪਰਾ ਲੰਬੇ ਵਿਆਪਕ ਰੂਪ ਦੇ ਜਿਹ ਹੈ ਚੱਲ ਸਕੇ ਔਰ ਜਗਤ ਉਸ ਬਾਣੀ ਨੂੰ ਪੜ ਸਕੇ ਜਿਸ ਦੇ ਚ ਰੱਬੀ ਇਲਹਾਮ ਨਾਜ਼ਿਲ ਹੋਇਆ ਜਿਸ ਦੇ ਚ ਰੱਬੀ ਗਿਆਨ ਨਾਜ਼ਲ ਹੋਇਆ ਹੈ ਆਪਨੇ ਬੜੇ ਵੱਡੇ ਪੱਦਰ ਤੇ ਲੰਗਰ ਦੀ ਪਰੰਪਰਾ ਚਲਾਈ ਇਸ ਵਿੱਚ ਆਪ ਦੀ ਸੁਪਤਨੀ ਧਰਮ ਪਤਨੀ ਜਗਤ ਮਾਤਾ ਖੀਵੀ ਜੀ ਦਾ ਬਹੁਤ ਵੱਡਾ ਹੱਥ ਔਰ ਆਪ ਦੇ ਲੰਗਰ ਦੇ ਵਿੱਚ ਜੋ ਕੁਝ ਬਣਦਾ ਸੀ ਸੱਤੇ ਬਰਵੰਡੇ ਦੀ ਬਾਹਰ ਦੇ ਵਿੱਚ ਬਖੈਦਾ ਉਸਤਾ ਜੋ ਹੈ ਜ਼ਿਕਰ ਹੈ ਲੰਗਤ ਦੌਲਤਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ ਘਿਓ ਦੇ ਨਾਲ ਓਤਪਰੋਤ ਖੀਰ ਦਿਨ ਰਾਤ ਲੰਗਰ ਦੇ ਚੱਲਦੀ ਏ ਪਕਵਾਨ ਸੁੰਦਰ ਬਣਦੇ ਨੇ ਆਏ ਹੋਏ ਯਾਤਰਾਂ ਨੂੰ ਛਕਾਏ ਜਾਂਦੇ ਨੇ ਪਹਿਲੇ ਭੋਜਨ ਨਾਲ ਉਹਨਾਂ ਨੂੰ ਤ੍ਰਿਪਤ ਕੀਤਾ ਜਾਂਦਾ ਹੈ ਤੇ ਜਦ ਉਹਨਾਂ ਦਾ ਤਨ ਤ੍ਰਿਪਤ ਹੋ ਜਾਂਦਾ ਹੈ ਤਾਂ ਉਹਨਾਂ ਦੀ ਮਨ ਦੀ ਤ੍ਰਿਪਤੀ ਲਈ ਫਿਰ ਭਜਨ ਦਾ ਇੰਤਜ਼ਾਮ ਫਿਰ ਨਾਮ ਬਾਣੀ ਦਾ ਅਭਿਆਸ ਸਾਹਿਬ ਇਹ ਕਰਵਾਂਦੇ ਸਨ ਤਾਂ ਕਿ ਤਨ ਦੀ ਤ੍ਰਿਪਤੀ ਤੋਂ ਬਾਅਦ ਇਹਨਾਂ ਨੂੰ ਮਨ ਦਾ ਸਕੂਨ ਵੀ ਮਿਲੇ ਮਨ ਦੀ ਸ਼ਾਂਤੀ ਵੀ ਮਿਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਲਾਈ ਹੋਈ ਪਰੰਪਰਾ ਲੰਗਰ ਦੀ ਉਸ ਨੂੰ ਆਪਨੇ ਵਿਸਤ੍ਰਿਤ ਕੀਤਾ ਵਿਸਤਾਰ ਸਹਿਤ ਫੈਲਾਇਆ ਜਗਾਇਆ ਫਿਰ ਇਸੇ ਤਰੀਕੇ ਦੇ ਨਾਲ ਪਰਉਪਕਾਰ ਕਰਦੇ ਹੋਏ ਗੁਰਬਾਣੀ ਦਾ ਉਪਦੇਸ਼ ਦੇਂਦੇ ਹੋਏ ਸਨ 1606 ਬਿਕਰਮੀ ਚ ਖੰਡੂਰ ਸਾਹਿਬ ਦੇ ਚ ਆਪ ਜੋਤੀ ਜੋਤ ਸਮਾ ਗਏ। ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮ ਰੂਪ ਅਸਥਾਪਨ ਕਰ ਗਏ। ਧਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜੋ ਆਪ ਦੇ ਰਿਸ਼ਤੇ ਦੇ ਚ ਬਕਾਇਦਾ ਕੁੜਮ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੇਸ਼ਤਰ ਸ਼ਲੋਕ ਨੇ। ਬਹੁਤ ਸਾਰੇ ਸ਼ਬਦ ਨੇ ਜੋ ਬਖੈਦਾ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਜੋ ਹੈ ਦਰਜ ਨੇ ਲੇਕਿਨ ਸਾਰੇ ਸ਼ਬਦਾਂ ਦੇ ਵਿੱਚ ਸਾਰੇ ਸ਼ਲੋਕਾਂ ਦੇ ਵਿੱਚ ਹੁਕਮ ਮੰਨਣ ਦੀ ਤਾਕੀਦ ਹੈ ਹੁਕਮ ਮੰਨਣ ਦਾ ਉਪਦੇਸ਼ ਹੈ ਹੁਕਮ ਦੇ ਮਾਰਗ ਤੇ ਚੱਲਣ ਦਾ ਹੀ ਸੰਦੇਸ਼ ਹੈ ਸਾਹਿਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਜੋ ਸਿੱਖਿਆ দীક્ષા ਧਨ ਭਾਈ ਲੈਣੇ ਨੇ ਲਈ ਆਪਣੇ ਤੌਰ ਤੇ ਪੂਰੀ ਸ਼ਕਤੀ ਦੇ ਨਾਲ ਵੰਡਦੇ ਰਹਿ ਯਾਦਗਾਰੀ ਅਸਥਾਨ ਆਵਰੀਦਾ ਖੰਡੂਰ ਸਾਹਿਬ ਦੇਚ ਮੌਜੂਦ ਹੈ ਜਿੱਥੇ ਆਪਨੇ ਜਗਤ ਨੂੰ ਪੜਾਣਾ ਸ਼ੁਰੂ ਕੀਤਾ ਉਹ ਅਸਥਾਨ ਵੀ ਆਪ ਜੀ ਦਾ ਪਾਵਨ ਰੂਪ ਦੇ ਜੋ ਹੈ ਮੌਜੂਦ ਹੈ ਭਟ ਆਪ ਦੀ ਉਪਮਾ ਇਸ ਤਰੀਕੇ ਨਾਲ ਕਰਦੇ ਨੇ ਦ੍ਰਿਸ਼ਟ ધરਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸਨ ਲੋਭ ਮੋਹ ਵਸ ਕਰਨ ਸਰਣ ਜਾ ਚਕਪ੍ਰਿਤ ਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅਮਰਤ ਕਲ ਢਾਲਣ ਸਤਿਗੁਰੂ ਕਲ ਸਤਿਗੁਰੂ ਤਿਲਤ ਸਤ ਲਾਗੇ ਸੋ ਪੈ ਤਰੇ ਗੁਰਜਗਤ ਫਿਰਣ ਸੀ ਅੰਗਰੋ ਰਾਜ ਯੋਗ ਲੈਣਾ ਕਰੇ ਪਟ ਕਹਿੰਦੇ ਨੇ ਇਹ ਲੈਣਾ ਜੀ ਇਹ ਗੁਰੂ ਅੰਗਦ ਦੇਵ ਜੀ ਇਤੇ ਰਾਜ ਯੋਗ ਦੀ ਪਰੰਪਰਾ ਚਲਾ ਰਹੇ ਨੇ ਇਹ ਅੰਦਰੋਂ ਬ੍ਰਹਮ ਨਾਲ ਜੁੜੇ ਹੋਏ ਨੇ ਬਾਹਰੋਂ ਜਗਤ ਨਾਲ ਜੁੜੇ ਹੋਏ ਨੇ ਮੂਲ ਆਪ ਦਾ ਸੰਦੇਸ਼ ਉਪਦੇਸ਼ ਪ੍ਰਮਾਤਮਾ ਦੀ ਖਾਤਰ ਪਦਾਰਥ ਤੋਂ ਨਹੀਂ ਟੁੱਟਣਾ ਔਰ ਪਦਾਰਥਾਂ ਦੀ ਖਾਤਰ ਪ੍ਰਮਾਤਮਾ ਤੋਂ ਨਹੀਂ ਟੁੱਟਣਾ ਸੰਸਾਰ ਦੀ ਖਾਤਰ ਨਿਰੰਕਾਰ ਤੋਂ ਨਹੀਂ ਟੁੱਟਣਾ ਔਰ ਨਿਰੰਕਾਰ ਦੀ ਖਾਤਰ ਸੰਸਾਰ ਤੋਂ ਨਹੀਂ ਟੁੱਟਣਾ ਕਿਉਂਕਿ ਸੰਸਾਰ ਵੀ ਉਸੇ ਦਾ ਰੂਪ ਹੈ ਸੰਸਾਰ ਪ੍ਰਭੂ ਦਾ ਤਨ ਹੈ ਔਰ ਖੁਦ ਆਪ ਸੁਭਾਵਕ ਰੂਪ ਦੇ ਵਿੱਚ ਇੱਕ ਜੋਤ ਹੈ ਇਸੇ ਤਰੀਕੇ ਨਾਲ ਉਸਨੇ ਸਾਡੀ ਬਣਤਰ ਬਣਾਈ ਏ ਸਾਨੂੰ ਤਨ ਦਿੱਤਾ ਸਾਨੂੰ ਮਨ ਦਿੱਤਾ ਮਨ ਦੇ ਜਦ ਪ੍ਰਭੂ ਦਾ ਨਾਮ ਵਸ ਜਾਏ ਤਾਂ ਮਨ ਜੋਗੀ ਬਣ ਜਾਂਦਾ ਏ ਔਰ ਤਨ ਨੂੰ ਪਦਾਰਥ ਮਿਲ ਜਾਣ ਤਾਂ ਤਨ ਰਾਜਾ ਬਣ ਜਾਂਦਾ ਏ ਇੰਜ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਗਤ ਨੂੰ ਜੋ ਸੰਦੇਸ਼ ਤੇ ਉਪਦੇਸ਼ ਦਿੱਤਾ ਉਹ ਰਾਜ ਯੋਗ ਦਾ ਦਿੱਤਾ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ इसी परंपरा ਨੂੰ ਅੱਗੇ ਤੋਰਨ ਲਈ ਫਿਰ ਤੀਸਰੀ ਜੋਤ ધਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਪਰਕਰਮਾ ਕਰਕੇ ਔਰ ਉਸੇ ਹੀ ਪਰੰਪਰਾ ਦੇ ਮੁਤਾਬਕ ਆਪਣਾ ਮਸਤਕ ਬਿਰਦ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਕਦਮਾਂ ਤੇ ਰੱਖ ਕੇ ਹੱਥ ਜੋੜ ਕੇ ਮੱਥਾ ਟੇਕਿਆ ਆਪ ਤਨ ਦੇ ਕਰਕੇ ਧਰਤੀ ਵਿੱਚ ਸਮਾਗ ਹੈ ਜੋਤ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੰਦਰ ਬਿਰਾਜਮਾਨ ਹੋਏ